ਬਾਈ ਜੀ ਸਾਰੇ ਵੀਰਾਂ ਨੂੰ ਪਿਆ ਬਾਈ ਜੀ ਅਸੀਂ ਕਾਰ ਮੇ ਸਾਰੇ ਠੀਕ ਠਾਕ ਹਾਂ ਅੱਜ ਖੜਿਆ ਜੀ ਸਪਾਰ ਦੇ ਮਿਲ ਦੇ ਵਿੱਚ ਨਾ ਬਾਈ ਜੀ ਤੇ ਵੀਰਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀ ਬੱਕਰੇ ਬੱਕਰੀਆਂ ਦੇ ਮੁਕਾਬਲੇ ਕਦੋਂ ਤੇ ਕਿੱਥੇ ਹੋ ਰਹੇ ਨੇ ਠੀਕ ਹੈ ਜੀ ਤੇ ਲੌਂਗੋਵਾਲ ਦੇ ਵਿੱਚ ਆ ਗਿਆ ਜੀ ਦੂਜਾ ਮੇਲਾ ਠੀਕ ਹੈ ਜੀ ਉੱਥੇ ਹੋਣਗੇ ਬੱਕਰੇ ਅਤੇ ਬੱਕਰੀਆਂ ਦੇ ਮੁਕਾਬਲੇ ਕਿਹੜੇ ਕਿਹੜੇ ਹੋਣਗੇ ਸਾਰੀ ਗੱਲਬਾਤ ਆਪਾਂ ਕਮੇਟੀ ਦੇ ਨਾਲ ਕਰ ਦਿਆਂਗੇ ਬਾਈ ਹੋਰੀ ਆਪਣੇ ਕੋਲ ਆਏ ਨੇ ਸੰਦੀਪ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸੰਦੀਪ ਬਾਈ ਜੀ ਬਹੁਤ ਵਧੀਆ ਬਾਈ ਠੀਕ ਠਾਕ ਠੀਕ ਹੈ ਬਾਈ ਜੀ ਮੇਲੇ ਬਾਰੇ ਦੱਸੋ ਜੀ ਮੇਲਾ ਬਾਈ ਤਿਆਰੀਆਂ ਕਰ ਲਓ ਬਾਈਆਂ ਨੂੰ ਕਹਿ ਰਹੇ ਆ 15 ਤਰੀਕ ਦਾ 15 ਅਕਤੂਬਰ ਦਾ 15 ਦਿਨ ਰਹਿ ਗਏ 15 ਦਿਨ ਬਾਕੀ ਨੇ 15 ਦਿਨ ਬਾਕੀ ਨੇ 14 ਨੇ 15 ਨੇ ਜੋ ਵੀ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸ ਰਹੇ ਆ ਮੇਲੇ ਬਾਰੇ ਕਿਸੇ ਵੀਰ ਨੇ ਪਹਿਲਾਂ ਵੀ ਆਉਣਾ ਹਾਂਜੀ ਸਾਰੇ ਲਈ ਫੋਨ ਵਿੱਚ ਨੰਬਰ ਦੇ ਰਹੇ ਆ ਤੇ ਫੋਨ ਤੇ ਦੱਸ ਦਿਓ ਪਹਿਲਾਂ ਆਉਣਾ ਤਾਂ ਵੀ ਉਹਦੇ ਲਈ ਰਹਿਣ ਲਈ ਪ੍ਰਬੰਧ ਖਾਣ ਲਈ ਪੀਣ ਲਈ ਸਾਰਾ ਹੋਊਗਾ ਠੀਕ ਹੈ ਜੀ ਜਿਸ ਦਿਨ 15 ਤਰੀਕ ਨੂੰ ਪ੍ਰੋਗਰਾਮ ਆ ਹਾਂਜੀ ਉਸ ਦਿਨ ਵੀ ਰਹਿਣਾਗਾ ਬਾਈਆਂ ਨੂੰ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੋਊ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਤੇ ਲੰਗਰ ਪਾਣੀ ਤੁਰਤ ਬਾਟ ਤੁਰਤ ਬਾਟੂਗਾ ਠੀਕ ਹੈ ਕਾਲੇ ਬਾਈ ਜੀ ਹਾਂਜੀ ਬਾਈ ਜੀ ਮੁਕਾਬਲੇ ਕਿਹੜੇ ਕਿਹੜੇ ਹੋਣਗੇ ਮੁਕਾਬਲਿਆਂ ਬਾਰੇ ਦੱਸੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਪਹਿਲਾਂ ਤਾਂ ਪੂਰੇ ਆਪਣੇ ਜਿਹੜੇ ਵੀ ਚੈਨਲ ਦੇਖ ਰਹੇ ਨੇ ਤੇ ਪਹਿਲਾਂ ਵਧਾਈ ਦੇ ਪਾਤਰ ਸਾਰੇ ਵੀਰ ਸਾਡੀ ਪੂਰੀ ਕਮੇਟੀ ਬਾਈ ਕਾਲੇ ਹੁਣੀ ਖੜੇ ਨੇ ਮਹਾਰਾਜ ਤੋਂ ਤੇ ਬੜਾ ਧੰਨਵਾਦ ਇਹਨਾਂ ਦਾ ਤੇ ਮੁਕਾਬਲੇ ਬਾਈ ਹੋਣਗੇ ਦੋ ਦੰਦ ਖੀਰੇ ਦੋ ਦੰਦ ਚਾਰ ਦੰਦ ਤੇ 6 ਦੰਦ ਤੇ 8 ਦੰਦ ਦਾ ਇਕੱਠਾ ਮੁਕਾਬਲਾ ਹੋਊਗਾ ਜੀ ਕਿਉਂਕਿ 6 ਦੰਦ ਤੇ 8 ਦੰਦ ਦੇ ਵਿੱਚ ਜਿਹੜੇ 6 ਦੰਦ ਕੈਟਾਗਰੀ ਆ ਕਿਸੇ ਕੋਲ ਜਾਨਵਰ ਨੇ ਉਹ 8 ਦੰਦ ਦੇ ਵਿੱਚ ਐਡ ਕਰ ਸਕਦੇ ਹਾਂਜੀ ਤੇ ਬਾਕੀ ਖੀਰੇ ਹੋਣਗੇ ਜੀ 25 ਕਿਲੋ ਤੋਂ ਪਲੱਸ ਵਾਲੇ 25 ਕਿਲੋ ਤੋਂ ਪਲੱਸ ਜੀ ਤੇ ਨਾਮ ਸਾਰਿਆਂ ਨੂੰ ਬੜੇ ਦਿਲ ਖਿੱਚਵੇਂ ਦਿੱਤੇ ਜਾਣਗੇ ਤੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਵੱਡੇ 8 ਦੰਦ ਨੂੰ ਆ ਬੜੇ ਵਧੀਆ ਨਾਮ ਆ ਤੇ ਘਰ ਦੇ ਵਿੱਚ ਵਰਤੋਂ ਵਾਲੇ ਜਿਹੜੇ ਆ ਇਨਾਮ ਦਿੱਤੇ ਜਾਣਗੇ ਠੀਕ ਹੈ ਜੀ ਹੋਰ ਬਾਈ ਜੀ ਮਿਲੇ ਬਾਰੇ ਕੁਛ ਜੀ ਬਸ ਬਈ ਨੇ ਦੱਸਤਾ ਜੀ ਨਾਮ ਬੜੇ ਪਹਿਲਾਂ ਨਾਲੋਂ ਸਾਰੇ ਨਾਮ ਖੀਰੇ ਤੋਂ ਲੈ ਕੇ 8 ਤੱਕ ਪਹਿਲਾਂ ਨਾਲੋਂ ਸਾਰੀ ਬਿਹਤਰ ਨੇ ਸਾਰੀ ਵੱਡੇ ਇਨਾਮ ਨੇ ਹਾਂਜੀ ਠੀਕ ਹੈ ਨਾ ਤੇ ਆਪਣੇ ਕੋਲੇ ਵੀ ਨਾ ਪੁਰਾਣੇ ਬੱਕਰੀ ਪਾਲਕ ਖੜੇ ਨੇ ਆਪਣੇ ਵੀਰ ਗੱਲਬਾਤ ਕਰਦੇ ਕਾਲੇ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ ਬਾਈ ਆਈ ਵਧੀਆ ਠੀਕ ਹੈ ਬਾਈ ਜੀ ਮੁਕਾਬਲੇ ਕਿੰਨੇ ਕੁ ਜ਼ਰੂਰੀ ਆ ਬਾਈ ਕਾਲੇ ਬਾਈ ਮੁਕਾਬਲੇ ਵੀਰੇ ਹੋ ਹੀ ਜਾਣ ਤਾਂ ਲੋਕਾਂ ਦੇ ਵਿੱਚ ਸ਼ੌਂਕ ਪੈਦਾ ਹੁੰਦਾ ਹੈ ਨਾ ਸ਼ੌਂਕ ਪੈਦਾ ਹੁੰਦਾ ਤੇ ਸ਼ੌਂਕ ਦੇ ਨਾਲ ਹੀ ਜਾਨਵਰ ਆਪਣੇ ਪੰਜਾਬ ਦੇ ਵਿੱਚ ਵਧਣਗੇ ਹਾਂਜੀ ਠੀਕ ਹੈ ਜੇ ਵੀਰ ਮੁਕਾਬਲੇ ਕਰਾਉਣਗੇ ਤਾਂ ਉੱਥੇ ਅਸੀਂ ਜਾਵਾਂਗੇ ਬੱਕਰੀਆਂ ਲੈ ਕੇ ਵੀ ਹਾਂ ਮੇਰੇ ਕੋਲ ਚੰਗੀ ਆ ਹਰੇਕ ਚੰਗੀ ਬੱਕਰੀ ਦਿਖਾਉਂਦਾ ਆਪਾਂ ਨੂੰ ਮੇਲਿਆਂ ਦੇ ਵਿੱਚ ਹੀ ਚੰਗੀਆਂ ਬੱਕਰੀਆਂ ਦੇਖਣ ਨੂੰ ਮਿਲਦੀਆਂ ਘਰਾਂ ਦੇ ਵਿੱਚ ਨਹੀਂ ਠੀਕ ਹੈ ਜਿਹੜੀਆਂ ਮੰਡੀਆਂ ਲੱਗਦੀਆਂ ਉੱਥੇ ਦਾ ਵਪਾਰ ਲੈਣਾ ਉਹ ਵਪਾਰੀ ਵੀਰ ਆਪਦੇ ਵੇਚਣ ਵਾਲੇ ਪਸ਼ੂ ਲੈ ਕੇ ਆਉਂਦੇ ਹਨ ਜਿਹੜੇ ਮੁਕਾਬਲੇ ਆ ਚਾਹੇ ਮੇਲੇ ਲੱਗਦੇ ਆ ਉੱਥੇ ਦੇਖਣ ਨੂੰ ਚੀਜ਼ਾਂ ਮਿਲਦੀਆਂ ਅੱਜ ਇੱਥੇ ਆਏ ਆ ਰੂਹ ਖੁਸ਼ ਹੋਈ ਆ ਬਹੁਤ ਵਧੀਆ ਜਾਨਵਰ ਆਏ ਆ ਚੰਗੀ ਚੰਗੀ ਬਰੀਡ ਆਈ ਹੋਈ ਆ ਪਤਾ ਲੱਗਦਾ ਵੀ ਹੈਗਾ ਯਾਰ ਪੰਜਾਬ 'ਚ ਕੁਝ ਹੈਗਾ ਯਾਰ ਹਜੇ ਬਿਨਾਂ ਮੁੱਕਿਆ ਨਹੀਂ 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 ਪੰਜਾਬ 'ਚ ਮੁੱਕ ਜੂ ਨਹੀਂ ਮੁੱਕਦਾ ਨਾ ਬਾਈ ਜੀ ਸਹੀ ਗੱਲ ਬੱਕਰੀਆਂ ਵੀਰ ਬਹੁਤ ਉਹ ਆ ਜੀ ਬਾਈ ਹੋਰ ਬੱਗੇ ਹੋਈ ਆਏ ਆ ਦੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਆ ਸਹੀ ਗੱਲ ਹੈ ਜੀ ਤੇ ਮੇਲਿਆਂ ਦੇ ਨਾਲ ਹੀ ਆ ਸਭ ਕੁਝ ਸਹੀ ਗੱਲ ਮੇਲਿਆਂ ਦੇ ਨਾਲ ਛੋਟੇ ਬੱਚੇ ਜਿਹੜੇ ਜਵਾਕ ਆ ਨਾ ਮੁੰਡੇ ਆ ਨਸ਼ਿਆਂ ਤੇ ਨਹੀਂ ਲੱਗਣਗੇ ਜੇ ਇਸ ਤਰ੍ਹਾਂ ਦੇ ਮੇਲੇ ਹੋਣਗੇ ਉਹਨਾਂ ਨੂੰ ਸ਼ੌਂਕ ਪੈਦਾ ਹੋਊਗਾ ਬੱਕਰੀਆਂ ਰੱਖਣਗੀਆਂ ਨਾ ਬਹੁਤ ਵਧੀਆ ਕਿੱਤਾ ਬੱਕਰੀਆਂ ਦਾ ਠੀਕ ਹੈ ਜੀ ਕੋਈ ਮਾੜਾ ਨਹੀਂ ਮੇਰਾ ਸਿਆਉਣਾ ਹੀ ਆ ਸਿਆਉਣਾ ਹੀ ਆ ਜੀ ਠੀਕ ਹੈ ਬਾਈ ਧੰਨਵਾਦ ਜੀ ਹਾਂਜੀ ਬਾਈ ਜੀ ਇਹਦੇ ਵਿੱਚ ਆਪਾਂ ਪਿਛਲੇ ਮੇਲੇ ਨਾਲੋਂ ਇਸ ਵਾਰ ਜਿਹੜੇ ਆ ਥੋੜੇ ਜਿਹੇ ਡਿਫਰੈਂਟ ਕੀਤੇ ਆ ਕੀ ਬਾਈ ਜੀ ਜਿਹਨੇ ਪਿਛਲੇ ਵਾਰ ਆਪਾਂ ਨੂੰ ਥੋੜੀਆਂ ਕਮੀਆਂ ਲੱਗੀਆਂ ਉਹ ਵੀ ਆਪਾਂ ਸੁਧਾਰ ਕੀਤਾ ਤੇ ਦੂਜਾ ਜਿਵੇਂ ਪਿਛਲੀ ਵਾਰ ਫੈਂਸੀ ਡਰੈਸ ਦਾ ਮੁਕਾਬਲਾ ਆਇਆ ਸੀ ਜਿਵੇਂ ਕੁੜਤਾ ਚਾਦਰਾ ਜਾਂ ਢਾਂਗੀ ਪਤੀਲੀ ਵਾਲਾ ਇਸ ਵਾਰ ਵੀ ਆ ਉਹਨਾਂ ਨੂੰ ਕੈਸ਼ ਇਨਾਮ ਵੀ ਦਿੱਤੇ ਜਾਣਗੇ ਤੇ ਬਾਕੀ ਉਹ ਵੀ ਟਰਾਫੀ ਵੀ ਦਿੱਤੀ ਜਾਣਗੇ ਤੇ ਇਸ ਵਾਰ ਇੱਕ ਹੋਰ ਕੀਤਾ ਵੀ ਜਿਹੜੇ ਵੀਰ ਉੱਥੇ ਆਪਣੇ ਫਾਰਮ ਦਾ ਸ਼ਿੰਗਾਰ ਲੈ ਕੇ ਆਉਣਗੇ ਉੱਥੇ ਯਾਨੀ ਕਹਿਣ ਦਾ ਭਾਵ ਟੰਡੀਆਂ ਲੈ ਕੇ ਆਉਣਗੇ ਬੱਕਰੀਆਂ ਦੀਆਂ ਤਾਂ ਉਹਨਾਂ ਨੂੰ ਵੀ ਬਣਦਾ ਜਿਹੜਾ ਮਾਨ ਸਨਮਾਨ ਬਾਈ ਦਿੱਤਾ ਜਾਊਗਾ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਊਗਾ ਤੇ ਟਰਾਫੀ ਤਾਂ ਦੇਣੀ ਹੀ ਦੇਣੀ ਆ ਠੀਕ ਹੈ ਜੀ ਪਹਿਲੇ 5-7 ਨੂੰ ਜਿਹੜਾ ਕੈਸ਼ ਪ੍ਰਾਈਜ਼ ਦਿੱਤਾ ਵਧੀਆ ਇਨਾਮ ਦਿੱਤੇ ਜਾਣਗੇ ਪੂਰੇ ਮੇਲੇ ਦੇ ਵਿੱਚ ਘੁੰਮ ਫਿਰ ਕੇ ਜਿਨ੍ਹਾਂ ਦੇ ਜ਼ਿਆਦਾ ਸੁਨੱਖੇ ਜਾਨਵਰ ਹੋਣਗੇ ਜ਼ਿਆਦਾ ਕੇਅਰ ਵਧੀਆ ਕੀਤੀ ਹੋਈ ਜਾਨਵਰਾਂ ਦੀ ਸਾਂਭ ਸੰਭਾਲ ਵਧੀਆ ਕਰਿਓ ਉਹਨਾਂ ਨੂੰ ਜਿਹੜੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਪਿਛਲੇ ਵਾਰ ਥੋੜੀਆਂ ਕਮੀਆਂ ਸੀ ਲੰਗਰ ਦੀਆਂ ਜਾਂ ਹੋਰ ਫੈਸਿਲਿਟੀਆਂ ਤੇ ਉਹ ਸਾਰੀਆਂ ਇਸ ਵਾਰ ਬਾਈ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਹੀ ਗੱਲ ਹੈ ਜੀ ਕਰ ਦੋ ਅਪੀਲ ਵੀਰਾਂ ਨੂੰ ਵੀ ਪਹੁੰਚੋ ਵੀਰਾਂ ਨੂੰ ਸਾਰੇ ਵੀਰ ਜ਼ਰੂਰ ਆਓ ਬਾਈ ਜੇ ਕਿਸੇ ਨੇ ਰਹਿਣਾ ਜਾਨਵਰ ਰੱਖਣ ਦਾ ਉੱਥੇ ਖਾਸ ਪ੍ਰਬੰਧ ਆ ਕੋਈ ਦਿੱਕਤ ਨਹੀਂ ਆਊ ਜਾਨਵਰ ਰੱਖਣ ਨੂੰ ਵੀ ਤੁਸੀਂ ਉੱਥੇ ਰੱਖ ਸਕਦੇ ਹੋ ਇੱਕ ਦਿਨ ਪਹਿਲਾਂ ਆਉਣਾ ਜਾਂ ਮੇਲੇ ਵਾਲੇ ਦਿਨ ਰਹਿਣਾ ਉੱਥੇ ਤਾਂ ਬੰਦਾ ਰਹਿ ਸਕਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਬੰਦੇ ਨੂੰ ਨਹੀਂ ਆਊਗੀ ਉੱਥੇ ਰਹਿਣ 'ਚ ਹਾਂਜੀ ਲਓ ਜੀ ਬਾਈ ਜੀ ਚੱਕ ਲਓ ਫੋਨ ਇੰਨੀ ਕੁ ਬੇਨਤੀ ਸੀਗੀ ਠੀਕ ਹੈ ਜੀ ਤੇ ਸਕਰੀਨ ਤੇ ਨੰਬਰ ਹੈਗਾ ਜੇ ਕੋਈ ਵੀ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ 15 ਅਕਤੂਬਰ ਨੂੰ ਜ਼ਰੂਰ ਪਹੁੰਚੋ ਆਪਣੇ ਬੱਕਰੇ ਤੇ ਬੱਕਰੀਆਂ ਲੈ ਕੇ ਦੇਖ ਦਾਂਗੇ ਇਸ ਵਾਰ ਕਿਹੜਾ ਬੱਕਰਾ ਨਾ ਮਲ ਮਾਰ ਦੇਣਾ ਬਾਈ ਬਿਲਕੁਲ ਜੀ ਬਿਲਕੁਲ ਇਹ ਬਾਈ ਆਇਆ ਉੱਥੇ ਸਾਰੀ ਕਰੀਮ ਹੀ ਆਉਂਦੀ ਆ ਕਰੀਮ ਹੈ ਪੂਰੀ ਪੰਜਾਬ ਦੀਆਂ ਜਿਹੜੀਆਂ ਛੋਟੀ ਛੋਟੀਆਂ ਬੱਕਰੀਆਂ
ਹੁਣ ਇੱਥੇ ਆਪਾਂ ਕਿਸੇ ਦੀ ਟੌਪ ਨਹੀਂ ਕਹਿ ਸਕਦੇ ਜਦੋਂ ਇਹਨਾਂ ਦਾ ਕੰਪੀਟੀਸ਼ਨ ਆਊ ਫਿਰ ਪਤਾ ਲੱਗਣਾ ਵੀ ਯਾਰ ਕਿਹਦੀ ਕਿੰਨੀ ਕੁ ਸਾਂਭ ਕਰੀ ਆ ਜਾਂ ਕਿੰਨੇ ਕੁ ਜਿਹੜੀ ਆ ਕਰੈਕਟਰ ਬੀਟਲ ਦੇ ਵਿੱਚ ਆਏ ਫਿਰ ਹੀ ਪਤਾ ਲੱਗੂਗਾ ਜੀ ਠੀਕ ਹੈ ਅਗਲੇ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਜੀ ਲਓ ਜੀ ਬਾਈ ਜੀ ਪਹੁੰਚੋ ਜ਼ਰੂਰ 15 ਅਕਤੂਬਰ ਨੂੰ ਲੌਂਗੋਵਾਲ ਦੇ ਵਿੱਚ ਧੰਨਵਾਦ।